ਪੰਜਾਬ ਦੇ ਕਿਸਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵੱਲੋਂ ਕਰਜ਼ਾ ਨਾ ਮੋੜਨ ਤੇ ਬੈਂਕਾਂ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ। ਭਾਵੇਂ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕਿਸਾਨਾਂ ਨਾਲ ਕਰਜ਼ਾ ਮਾਫ਼ੀ ਦੇ ਵਾਅਦੇ ਕੀਤੇ ਗਏ ਸਨ, ਪਰ ਦੂਸਰੇ ਪਾਸੇ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜ਼ਾ ਨਾ ਮੋੜਨ ਤੇ ਨੋਟਿਸ ਭੇਜੇ ਜਾ ਰਹੇ ਹਨ। ਅਤੇ ਇਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਏਕਤਾ ਵੱਲੋਂ ਨਾਭਾ ਦੇ ਮੇਨ ਬ੍ਰਾਂਚ SBI ਦੇ ਅੱਗੇ ਧਰਨਾ ਲਗਾ ਦਿੱਤਾ ਗਿਆ। ਇਸ ਧਰਨੇ ਦੇ ਚੱਲਦੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ 2 ਘੰਟੇ ਤੱਕ ਬੈਂਕ ਦਾ ਕੰਮਕਾਜ ਵੀ ਬੰਦ ਰਿਹਾ। ਨਾਭਾ ਕੋਤਵਾਲੀ ਪੁਲਿਸ ਵੱਲੋਂ ਬੈਂਕ ਦੇ ਬਾਹਰ ਸੁਰੱਖਿਆ ਵੀ ਤਾਇਨਾਤ ਕੀਤੀ ਗਈ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਆਗੂਆਂ ਨੇ ਕਿਹਾ ਕਿ ਬੈਂਕਾਂ ਵੱਲੋਂ ਸਾਨੂੰ ਨੋਟਿਸ ਭੇਜੇ ਜਾ ਰਹੇ ਹਨ ਅਤੇ ਕਰਜ਼ਾ ਲੈਣ ਸਮੇਂ ਬੈਂਕ ਵਾਲੇ ਸਾਥੋਂ ਖਾਲੀ ਚੈੱਕਾਂ ਦੇ ਦਸਤਖਤ ਕਰਵਾ ਕੇ ਲੈਂਦੇ ਸਨ, ਜਿਸ ਨੂੰ ਲੈ ਕੇ ਅੱਜ ਅਸੀਂ ਇਸ ਮੇਨ ਬ੍ਰਾਂਚ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਆਖਿਆ ਕਿ ਜੇਕਰ ਬੈਂਕਾਂ ਦਾ ਕਿਸਾਨਾਂ ਨਾਲ ਅਜਿਹਾ ਵਤੀਰਾ ਰਿਹਾ ਤਾਂ ਅਸੀਂ ਅਗਲਾ ਸੰਘਰਸ਼ ਹੋਰ ਵੀ ਤਿੱਖਾ ਕਰ ਦੇਵਾਂਗੇ। ਅੱਜ ਲੱਗਿਆ ਇਸ ਵਾਸਤੇ ਲੱਗਿਆ ਕਿ ਇਸ ਬੈਂਕ ਵਾਲੇ ਸਾਡੇ 'ਤੇ ਨੋਟਿਸ ਭੇਜ ਰਹੇ ਨੇ, ਕਿਉਂਕਿ ਪਹਿਲਾਂ ਅਸੀਂ ਇਹਨਾਂ ਦੇ ਵਿੱਚ ਬੈਂਕਾਂ ਦੇ ਵਿੱਚ ਸਾਡੀ ਜ਼ਮੀਨ ਗਹਿਣੇ ਹੋ ਗਈ, ਉਸ ਤੋਂ ਬਿਨਾਂ ਇਹਨਾਂ ਨੇ ਸਾਡੇ ਤੋਂ ਧੋਖੇ ਨਾਲ ਸਾਡੇ ਚੈੱਕ ਰੱਖ ਲਏ। ਜਿਹੜੇ ਚੈੱਕ ਰੱਖੇ ਨੇ ਸਾਡੇ ਦਸਤਖਤ ਕਰਵਾਏ ਹੋਏ ਚੈੱਕ, ਉਹ ਹੁਣ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਨੇ ਵੀ ਇਹ ਪੈਸੇ ਨਹੀਂ ਭਰ ਰਹੇ। ਇਸ ਵਾਸਤੇ ਕਿਸਾਨ ਪੈਸੇ ਇਸ ਵਕਤ ਇੰਨਾ ਮਜਬੂਰ ਆ ਕਿ ਇਹਨਾਂ ਨੂੰ ਜਿਹੜੀ ਖੇਤੀ ਵਿੱਚ ਦਵਾਈ ਪਾਉਣੀ ਆ, ਦਵਾਈ ਪਾਉਣ ਵਾਸਤੇ ਪੈਸਾ ਨਹੀਂ ਹੈਗਾ। ਕਿਸਾਨ ਯੂਨੀਅਨ ਏਕਤਾ ਡਕੋਂਦਾ ਵੱਲੋਂ ਜਿਹੜਾ ਨਾਭੇ ਸਟੇਟ ਬੈਂਕ ਆਫ ਇੰਡੀਆ ਦੇ ਅੱਗੇ ਧਰਨਾ ਦਿੱਤਾ ਗਿਆ, ਜਦੋਂ ਕੋਈ ਵੀ ਕਿਸਾਨ ਲੋਨ ਜਾਂ ਲਿਮਿਟ ਕਿਸੇ ਵੀ ਬੈਂਕ ਦੇ ਵਿੱਚੋਂ ਕਰਵਾਉਂਦਾ ਹੈ ਤਾਂ ਉਦੋਂ ਖਾਲੀ ਚੈੱਕ ਲੈ ਕੇ ਬੈਂਕ ਮੈਨੇਜਰ ਕਹਿੰਦੇ ਨੇ ਵੀ ਇਹ ਗਰੰਟੀ ਦੇ ਤੌਰ 'ਤੇ ਆ, ਉਹਨਾਂ ਦੇ ਸਾਈਨ ਕਰਵਾ ਕੇ ਰੱਖ ਲੈਂਦੇ ਨੇ। ਜਦੋਂ ਵੀ ਕਿਸਾਨ ਲਿਮਿਟ ਜਾਂ ਲੋਨ ਨਹੀਂ ਮੋੜ ਸਕਦਾ ਤਾਂ ਉਹ 'ਤੇ 420 ਦਾ ਕੋਡ ਦੇ ਵਿੱਚ ਪਰਚਾ ਦਰਜ ਕਰਾ ਕੇ ਫੌਜਦਾਰੀ ਕੇਸ ਪਾਇਆ ਜਾਂਦਾ ਹੈ।